ਸਰ ਵੀ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਸਟੋਰੀ ਕਾਫੀ ਚੱਲ ਰਹੀ ਹੈ ਵੀ ਤੁਸੀਂ ਵੀ ਕਿੰਨਾ ਕੁ ਟਾਈਮ ਜਿਹੜਾ ਇਹਨਾਂ ਦਾ ਸਾਥ ਦਿਓਗੇ ਹੱਦ 10 ਦਿਨ 20 ਦਿਨ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਸਾਂਭਣਾ ਤੁਹਾਨੂੰ ਪਊਗਾ ਗੱਲ ਕਰੀਏ ਦਾਦੀ ਪੋਤਿਆਂ ਦਾ ਰਿਸ਼ਤਾ ਪੋਤੀ ਪੋਤਿਆਂ ਦਾ ਕਾਫੀ ਹੁੰਦਾ ਹੈ ਵੀ ਉਹਨਾਂ ਨੂੰ ਤੁਸੀਂ ਨੰਬਰ ਦੱਸਣਾ ਪੈ ਰਿਹਾ ਉਹਨਾਂ ਨੂੰ ਕੀ ਇਹ ਐਡਰੈਸ ਪਤਾ ਨਹੀਂ ਹੈਗਾ ਉਹਨਾਂ ਨੂੰ सत श्री अकाल दोस्तों, बॉली हॉली बाबा देख रहे दर्शकों नूं स्वागत करदी हां। मैं तुहाडी हेमनप्रीत कौर खन्ना। पिछे पोस्टर लग्या होया, शायद कुछ दसण दी लोड़ नहीं। सोशल मीडिया ते काफ़ी टाइम तो जिहड़ी वीडियो वायरल चल रही इन्हां बच्चियां दी, जिहड़े अनाथ ने उन्हां दे लैके तुहानूं पहुंचे हां पिंड सरदूलगढ़ जिहड़ा मानसा दे कोल स्थित है। लैके चलदे उन्हां दे घर बात, उन्हां दे घर दी हालात ने जिहड़े दिखाउंदे हां ते गलबात करदे हां बच्चे नाल। साढ़े नाल इस टाइम बच्चे मौजूद ने, पिछे सोशल मीडिया से जी काफ़ी वीडियो वायरल चल रही है, गलबात करते हैं तो जान दें इन्हों नाम। सत श्रीकाल, मेरा नाम पूजा रानी है। कितनी एज है थोड़ी पूजा? मेरी 13 साल जी। घर के इन्ने टाइम तो थोड़ी वीडियो वायरल हुई है, कल्ले रहिंदे सीगे? हाँ जी। कदे किसी रिश्तेदार ने आके या गुआंढ़ियों ने आके सार नहीं ली थोड़ी? जी रिश्तेदार आते हैं जी, मिल के चले जाते हैं, आंढ़ी गुआंढ़ी सार लेंदे हैं जी। अच्छा, फिर घर का जिदा रोटी पानी का खर्च है, सब्जी आटा कितों आता है? मेरा भरा दुकान पर लग्या हुआ सी जी, वो लिया सी जी। किहड़ी दुकान पर काम करते हैं? नाई की दुकान पर लगे सी जी। किन्नी जिहड़ी उन्होंने दिन का किन्ना जिहड़ा तनखाह मिल जाती है उन्होंने महीने की? ओ जी महीने तो नहीं जी, दिन के 30 रुपये मिलते सी जी उन्होंने जी। साढ़े नाल बच्चा भी मौजूद है, की नाम है थोड़ा? मेरा नाम करणवीर सिंह है। करणवीर, किन्नी उम्र है थोड़ी? मेरी उम्र 14 साल है। 14 साल है। पढ़ाई करते हो? हाँ जी। ਕਿਹੜੀ ਕਲਾਸ ਚੋਂ? ਸੱਤਵੀਂ ਕਲਾਸ ਚ। ਸੱਤਵੀਂ ਕਲਾਸ ਚੋਂ? ਕਦੇ ਇਦਾਂ ਹੋਇਆ ਵੀ ਜਿੱਦਾਂ ਤੁਹਾਡੀ ਭੈਣ ਨੇ ਦੱਸਿਆ ਵੀ ਤੁਸੀਂ 30-40 ਰੁਪਏ ਇੱਕ ਦਿਨ ਚ ਕਮਾ ਕੇ ਲਿਆਉਂਦੇ ਹੋ, ਵੀ ਕਦੇ ਭੁੱਖੇ ਸੁੱਤੇ ਹੋਵੋ? ਹਾਂਜੀ, ਇਦਾਂ ਪਹਿਲੀ ਗੱਲ ਤਾਂ ਹੋਇਆ ਨਹੀਂਗਾ। ਕਦੇ ਕਦਾਈ ਵੀ ਉਹ ਆ ਜਾਂਦੀ ਸੀ ਗੁਆਂਢੀ। ਕਿੰਨਾ ਟਾਈਮ ਤੁਸੀਂ ਜਿਹੜਾ ਕੰਮ ਕਰਦੇ ਹੋ ਦੁਕਾਨ ਤੇ, ਨਾਈ ਦੀ ਦੁਕਾਨ ਤੇ? ਮੈਨੂੰ 6-7 ਮਹੀਨੇ ਹੋ ਗਏ। ਤੇ ਕਿੰਨੇ ਘੰਟੇ ਕੰਮ ਕਰਦੇ ਹੋ? ਇੰਨਾ ਤਾਂ ਪਤਾ ਨਹੀਂ ਹੈ। ਨਹੀਂ, ਦਿਨ ਚ ਸਵੇਰੇ ਕਿੰਨੇ ਵਜੇ ਜਾਂਦੇ ਹੋ, ਸ਼ਾਮ ਨੂੰ ਕਿੰਨੇ ਵਜੇ? 8 ਵਜੇ ਜਾਂਦੇ ਹਾਂ ਜੀ, ਸ਼ਾਮ ਨੂੰ 8 ਵਜੇ ਆ ਜਾਂਦੇ। 12 ਘੰਟੇ ਕੰਮ ਕਰਦੇ ਹੋ ਤੇ ਪੈਸੇ ਕਿੰਨੇ ਮਿਲਦੇ ਨੇ? 30-40 ਉਹ ਬਸ ਦੇ ਦਿੰਦੇ ਜੀ ਖਰਚਾ ਪਾਣੀ। ਹਾਂਜੀ। ਸਾਡੇ ਨਾਲ ਫਾਊਂਡੇਸ਼ਨ ਦੇ ਮੈਂਬਰ ਮੌਜੂਦ ਨੇ ਜਿਨ੍ਹਾਂ ਨੇ ਇਸ ਬੱਚਿਆਂ ਨੂੰ ਸੰਭਿਆ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਫਾਊਂਡੇਸ਼ਨ ਦਾ ਮੈਂ ਤਾਂ ਕਹੂੰਗੀ ਪਹਿਲਾਂ, ਸਭ ਤੋਂ ਪਹਿਲਾਂ ਨਾਮ ਦੱਸੋ। ਅਰਦਾਸ ਚੈਰੀਟੇਬਲ ਟਰਸਟ ਸਰਦੂਲਗੜ੍ਹ ਜੀ। ਹਾਂਜੀ। ਤੇ ਬੱਚੇ ਜਦ ਤੁਸੀਂ ਆਏ ਹੋ ਕਿੱਦਾਂ ਦੇ ਹਾਲਾਤ ਦੇ ਵਿੱਚ ਗੁਜ਼ਰ ਰਹੇ ਸੀ? ਬੱਚੇ ਜਦੋਂ ਅਸੀਂ ਇੱਥੇ ਪਹੁੰਚੇ ਜੀ, ਮਤਲਬ ਕਿ ਇਹਨਾਂ ਦਾ ਬਹੁਤ ਹਾਲਤ ਚੰਗੀ ਨਹੀਂ ਸੀ, ਬੁਰਾ ਹਾਲ ਹੀ ਸੀ। ਮਤਲਬ ਕਿ ਜਦੋਂ ਅਸੀਂ ਪਹੁੰਚੇ ਜੀ, ਸਾਡੇ ਕਲੱਬ ਮੈਂਬਰ ਤੇ ਸਾਡੇ ਤੋਂ ਦੇਖ ਕੇ ਰਿਹਾ ਨਹੀਂ ਗਿਆ ਜੀ, ਮਤਲਬ ਕਿ ਅੱਖਾਂ 'ਚੋਂ ਇੰਨੇ ਹੰਝੂ ਆਏ। ਜਿਸਨੇ ਵੀ ਵੈਸੇ ਤਾਂ ਵੀਡੀਓ ਦੇਖੀ ਆ, ਸਾਰੇ ਮਤਲਬ ਕਿ ਭਾਵਿਕ ਹੋਏ ਨੇ। ਤੇ ਜਦੋਂ ਅਸੀਂ 2 ਮੈਂਬਰ ਸਾਡੇ ਪਹੁੰਚੇ ਤਾਂ ਜੀ ਅਸੀਂ ਇਹਨਾਂ ਦੀ ਵੀਡੀਓ ਵਗੈਰਾ ਬਣਾਈ, ਗੁੜੀਆਂ ਨਾਲ ਗੱਲਬਾਤ ਕੀਤੀ ਵੀ ਕੀ ਤੁਹਾਨੂੰ ਕੀ ਗੱਲ ਬੱਚੇ। ਉਹੀ ਗੱਲ, ਬੱਚੇ ਨੇ ਤਾਂ ਵਿਚਾਰੇ ਨੇ ਕੁਛ ਵੀ ਨਹੀਂ ਮੰਗਿਆ, ਕਹਿਣ ਲੱਗੀ ਨਮਕ ਮਿਰਚ ਪੱਤੀ ਵਗੈਰਾ ਹੀ ਮੰਗੀ ਆ। ਅਤੇ ਉਸ ਤੋਂ ਬਾਅਦ ਮਤਲਬ ਕਿ ਇੰਨੀ ਕੁ ਤੱਕ ਵੀਡੀਓ ਇਹਨਾਂ ਦੀ ਵਾਇਰਲ ਹੋਈ ਹੈ ਬੱਚਿਆਂ ਦੀ, ਕਹਿਣ ਦਾ ਮਤਲਬ ਹੁਣ ਜਿਵੇਂ ਸੰਗਤ ਇੱਥੇ ਆ ਰਹੀ ਹੈ, ਪਹੁੰਚ ਰਹੀ ਹੈ, ਬਹੁਤ ਵਧੀਆ ਸਹਿਯੋਗ ਮਿਲਿਆ ਸੰਗਤ ਦਾ। ਇੱਕ ਛੋਟੇ ਬੱਚਿਆਂ ਦਾ ਦੇਖੀਏ ਵੀ ਕਾਫੀ ਸੁਪਨੇ ਜੁੜੇ ਹੁੰਦੇ ਨੇ, ਬੱਚੇ ਖੇਡਣ ਦੀ ਉਮਰ ਦੇ ਵਿੱਚ ਮੋਢਿਆਂ 'ਤੇ ਜ਼ਿੰਮੇਵਾਰੀ ਪੈ ਜਾਣੀ, ਕੀ ਮੰਨਦੇ ਹੋ ਤੁਸੀਂ? ਇਹਨੂੰ ਅਸੀਂ ਪਰਮਾਤਮਾ ਦਾ ਕਹਿ ਸਕਦੇ ਹਾਂ ਜੀ, ਜੋ ਇਹਦੇ ਵਿੱਚ ਕਿਸੇ ਦਾ ਕੋਈ ਉਹ ਨਹੀਂ ਹੈ, ਰੋਲ ਨਹੀਂ ਹੈ, ਜੋ ਕੁਦਰਤ ਕਰਨੀ ਉਹ ਕਿਸਮਤ ਦੇ ਵਿੱਚ ਲਿਖਿਆ ਹੈ। ਚਲੋ ਬੱਚਿਆਂ ਨਾਲ ਜੋ ਹੋਇਆ, ਪਰ ਪਰਮਾਤਮਾ ਦੀ ਇੰਨੀ ਕੁ ਮਿਹਰ ਹੋਈ ਹੈ, ਹੁਣ ਸਾਨੂੰ ਲੱਗਦਾ ਵੀ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੂਗੀ ਜੀ। ਤੁਹਾਡੇ ਇੱਕ ਮੈਂਬਰ ਦੱਸ ਰਹੇ ਸੀਗੇ ਤੁਹਾਡੇ ਐਸੋਸੀਏਸ਼ਨ ਦੇ ਵੀ ਬੱਚੀ ਨੇ ਸਾਡੇ ਵੱਲੋਂ ਬੈੱਡ ਦੀ ਮੰਗ ਕੀਤੀ ਹੈ ਅਤੇ ਉਹਨਾਂ ਦੀਆਂ ਅੱਖਾਂ ਸੀ ਜਿਹੜੀਆਂ ਨਮ ਹੋ ਗਈਆਂ ਸੀ ਜੀ। ਬਿਲਕੁਲ, ਬੱਚੀ ਨੇ ਬੈੱਡ ਦੀ ਡਿਮਾਂਡ ਕੀਤੀ ਸੀ, ਪਰ ਅਸੀਂ ਬੱਚੀ ਨਾਲ ਇਸ ਚੀਜ਼ ਦਾ ਪ੍ਰੋਮਿਸ ਜ਼ਰੂਰ ਕਰਦੇ ਹਾਂ, ਜਿਵੇਂ ਇੱਕ ਮਹਿਲ ਹੁੰਦਾ, ਮਹਿਲ ਅਸੀਂ ਆਪਦੇ ਕੰਨੀ ਉਹ ਪੂਰਾ ਜਾਨ ਤੋੜ ਕੇ, ਜੀ ਤੋੜ ਕੇ ਅਸੀਂ ਮਿਹਨਤ ਕਰਕੇ ਬੱਚੇ ਵਾਸਤੇ ਇਹੋ ਜਿਹਾ ਕਮਰਾ, ਲੈਟਰਿਨ, ਬਾਥਰੂਮ, ਰਸੋਈ ਤਿਆਰ ਕਰਾਂਗੇ, ਜਿਹੋ ਜਿਹੀ ਇੱਕ ਆਪਣੇ ਘਰ ਹੁੰਦੀ ਹੈ ਉਹੋ ਜਿਹੀ। ਬਿਲਕੁਲ, ਅਸੀਂ ਜਾਵੇ ਕਿ ਇਹਨਾਂ ਦਾ ਸੁਪਨਿਆਂ ਦਾ ਜਿਹੜਾ ਮਹਿਲ ਹੈ ਉਹ ਤਿਆਰ ਹੋ ਰਿਹਾ ਜੀ। ਜੀ ਬਿਲਕੁਲ ਬਿਲਕੁਲ ਜੀ, ਸੁਪਨਿਆਂ ਦਾ ਮਹਿਲ ਇਹਨਾਂ ਦਾ ਤਿਆਰ ਹੋ ਰਿਹਾ। ਅਸੀਂ ਕੱਲ੍ਹ ਸਪੈਸ਼ਲ ਜੋ ਇੱਥੇ ਸਰਦੂਲਗੜ੍ਹ ਦੇ ਵਿੱਚ ਟੌਪ ਦੀ ਦੁਕਾਨ ਸੀ, ਉੱਥੋਂ ਅਸੀਂ ਇਹਨਾਂ ਬੱਚਿਆਂ ਵਾਸਤੇ ਜੋ ਅੰਦਰ ਟਾਇਲ ਲਗਾਉਣੀ ਹੈ, ਰਸੋਈ ਦਾ ਜੋ ਇੰਸਟਰਕਚਰ ਹੈ, ਜੋ ਵਾਸ਼ਰੂਮ ਦਾ, ਅਸੀਂ ਸਭ ਫਾਈਨਲ ਕਰਕੇ ਆਏ ਹਾਂ ਜੀ ਕੱਲ੍ਹ।
ਤੁਸੀਂ ਕੀ ਮੰਨਦੇ ਹੋ ਵੀ ਬੱਚਿਆਂ ਤੇ ਜਿਹੜੀ ਜ਼ਿੰਮੇਵਾਰੀ ਪਈ ਹੈ ਬਹੁਤ ਵੱਡੀ ਪਈ ਹੈ, ਖੇਲਣ ਦੀ ਉਮਰ ਹੈ, ਕਿੱਥੇ ਰੱਬ ਨੇ ਕਹਿੰਦੇ ਰੱਬ ਵੀ ਉਹੀ ਪਰਿਵਾਰ ਤੇ ਪਾਉਂਦਾ ਜਿੱਥੇ ਮੋਢੇ ਸਟਰੋਂਗ ਹੋਣ, ਮੰਨਦੇ ਹੋ ਇਹ ਚੀਜ਼ ਨੂੰ? ਬਿਲਕੁਲ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਜੀ, ਤੁਹਾਡਾ ਧੰਨਵਾਦ ਕਰਨਾ ਤੁਸੀਂ ਇੱਥੇ ਆਏ ਹੋ, ਅਤੇ ਬੱਚਿਆਂ ਦੀ ਜ਼ਿੰਮੇਵਾਰੀ ਹੁਣ ਸਾਡੀ ਹੋ ਗਈ ਜੀ, ਅਸੀਂ ਨਿਭਾਵਾਂਗੇ। ਜਿਵੇਂ ਸਾਡੇ ਮਾਸਟਰ ਨੇ ਦੱਸਿਆ ਵੀ ਮਕਾਨ ਜਿਸ ਤਰ੍ਹਾਂ ਆਪਾਂ ਆਪ ਤਿਆਰ ਕਰਦੇ ਹਾਂ, ਇਹ ਨਹੀਂ ਵੀ ਅਸੀਂ ਕੋਈ ਇੱਥੇ ਕੋਈ ਸਮਾਨ ਮਾੜਾ ਲੱਤਾ ਹੋਰ ਲਾਤਾ, ਚੰਗੀ ਤਰ੍ਹਾਂ ਮਤਲਬ ਕਿ ਸਮਾਨ ਲਾ ਕੇ ਅਸੀਂ ਪੂਰਾ ਪ੍ਰੋਪਰ ਵਧੀਆ ਤਿਆਰ ਕਰਦੇ ਹਾਂ। ਇੱਦਾਂ ਤਾਂ ਨਹੀਂ ਹੈਗੀ ਸਰ ਵੀ ਜਿੱਦਾਂ ਹੁਣ ਸੋਸ਼ਲ ਮੀਡੀਆ 'ਤੇ ਸਟੋਰੀ ਕਾਫੀ ਚੱਲ ਰਹੀ ਹੈ ਵੀ ਤੁਸੀਂ ਵੀ ਕਿੰਨਾ ਕੁ ਟਾਈਮ ਆ ਜਿਹੜਾ ਇਹਨਾਂ ਦਾ ਸਾਥ ਦਿਓਗੇ, ਹੱਦ 10 ਦਿਨ 20 ਦਿਨ, ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਸਾਂਭਣਾ ਤੁਹਾਨੂੰ ਪਊਗਾ। ਬਿਲਕੁਲ, ਤੁਹਾਡੀ ਸਹੀ ਗੱਲ ਹੈ ਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਵੈਸੇ ਇਹਨਾਂ ਦੀ ਦਾਦੀ ਤੱਕ ਪਹੁੰਚ ਕਰਦੇ ਹਾਂ, ਉਹ ਲੁਧਿਆਣਾ ਰਹਿ ਰਹੇ ਨੇ, ਅਸੀਂ 2-4 ਦਿਨਾਂ 'ਚ ਉਹਨਾਂ ਦੇ ਕੋਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਨਹੀਂ ਉਦੋਂ ਬਾਅਦ ਜਿਵੇਂ ਕੋਈ ਪ੍ਰੋਸੈਸ ਹੋਇਆ ਸਾਡੇ ਮੈਂਬਰਾਂ ਦੀ, ਕੋਈ ਜ਼ਿੰਮੇਵਾਰੀ ਹੋਈ ਜਾਂ ਹੋਰ ਹੈ, ਉਹ ਅਸੀਂ ਸਾਰੇ ਰਾਏ ਕਰਕੇ ਜਿਵੇਂ ਹੋਇਆ ਅਸੀਂ ਬੱਚਿਆਂ ਦੀ ਮਤਲਬ ਕਿ ਦੇਖਭਾਲ ਕਰਾਂਗੇ। ਸਾਡੇ ਨਾਲ ਇੱਕ ਹੋਰ ਵੀਰ ਜੀ ਮੌਜੂਦ ਨੇ, ਦੇਖਿਆ ਵੀ ਤਹਿਸੀਲ ਦੇ ਵਿੱਚ ਵੀ ਗਏ ਨਾਲ ਕੰਮ ਕਰਵਾ ਰਹੇ ਸੀਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਮ ਹੈ ਤੁਹਾਡਾ? ਅਵਿਨਾਸ਼ ਗਰਗ ਜੀ। ਕੁਛ ਗਵਰਨਮੈਂਟ ਵੱਲੋਂ SOS ਦੇ ਮੈਂਬਰ ਆਏ ਹੋਏ ਨੇ ਜਿਹੜੇ ਬੱਚੇ ਨੂੰ ਆਪਣੀ ਉਹਦੇ ਵਿੱਚ ਲੈਣਾ ਚਾਹੁੰਦੇ ਨੇ ਵੀ ਅਸੀਂ ਪੜ੍ਹਾਵਾਂਗੇ, ਚਾਹੇ ਉਹ BA ਕਰੇ MBA ਕਰੇ, ਕੀ ਗੱਲਬਾਤ ਪਹੁੰਚੀ? ਤੁਸੀਂ ਅੰਦਰ ਬੈਠ ਕੇ ਮੀਟਿੰਗ ਵੀ ਕੀਤੀ ਇੱਕ ਸੀਕ੍ਰੇਟਲੀ? ਦੇਖੋ ਜੀ, ਜਿਹੜੀ ਮੀਟਿੰਗ ਹੋਈ ਆ ਉਹ ਸਿਰਫ ਬੱਚਿਆਂ ਨਾਲ ਹੋਈ ਹੈ, ਅਸੀਂ ਥੋੜ੍ਹਾ ਸਾਈਡ 'ਤੇ ਸੀ, ਅਤੇ ਬਾਕੀ ਬੱਚੇ ਹਜੇ ਮੰਨ ਨਹੀਂ ਰਹੇ, ਇਹਨਾਂ ਨੂੰ ਕੋਸ਼ਿਸ਼ ਕਰਦੇ ਮਨਾਉਣ ਦੀ ਜੀ, ਅਤੇ ਇਹਨਾਂ ਦਾ ਭਵਿੱਖ ਫੇਰ ਹੀ ਬਣੂਗਾ ਜੀ। ਇੱਥੇ ਇਕੱਲੇ ਕਿੰਨੀ ਸਿਕਿਉਰਿਟੀ ਤੁਸੀਂ ਖੁਦ ਦੇਖ ਰਹੇ ਹੋ, ਮਤਲਬ ਕੋਈ ਸਿਕਿਉਰਿਟੀ ਨਹੀਂ ਇੱਥੇ। ਚਲੋ ਬੱਚਿਆਂ ਦਾ ਘਰ ਬਹੁਤ ਵਧੀਆ ਤਿਆਰ ਕਰਾਵਾਂਗੇ ਅਸੀਂ ਜੀ, ਜਿਹੜਾ ਅਸੀਂ ਆਪਦੇ ਘਰੇ ਲਾਉਂਦੇ ਉਹ ਇੱਥੇ ਲਾਵਾਂਗੇ, ਜਿਹੜੀ ਵੀ ਚੀਜ਼ ਹੈ ਜੀ। ਕਾਉਂਸਲਿੰਗ ਹੋਈ ਹੈ, ਕੋਈ ਇੱਦਾਂ ਦਾ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਗਿਆ ਬੱਚਿਆਂ ਨੂੰ? ਦੇਖੋ ਜੀ, ਹਜੇ ਤੱਕ ਤਾਂ ਕੋਈ ਪ੍ਰੈਸ਼ਰਾਈਜ਼ ਨਹੀਂ, ਬਟ ਪ੍ਰੈਸ਼ਰਾਈਜ਼ ਨਹੀਂ ਹੋਣ ਦੇਵਾਂਗੇ ਜੀ। ਮਨ ਹੈਗਾ ਇਹਨਾਂ ਦਾ ਜਾਣ ਦਾ? ਤੁਹਾਡੇ ਨਾਲ ਤਾਂ ਚਲੋ ਹੁਣ ਹੋ ਗਏ 4-5 ਦਿਨ ਜੁੜੇ ਨੇ, ਤੁਹਾਨੂੰ ਤਾਂ ਦੱਸਦੇ ਹੋਣਗੇ। ਮਨ ਤਾਂ ਜੀ ਜੇ ਹੁੰਦਾ ਸਾਨੂੰ ਦੱਸ ਹੀ ਦਿੰਦੇ ਜੀ, ਅਸੀਂ ਰੋਜ਼ ਹਰ ਰੋਜ਼ ਸਵੇਰੇ ਇਹੀ ਗੱਲ ਕਰਦੇ ਹਾਂ ਵੀ ਤੁਹਾਨੂੰ ਕਿਤੇ ਬਾਹਰ ਭੇਜ ਦਿੰਦੇ ਹਾਂ, ਉਹ ਇੱਥੋਂ ਬਲਕਿ ਇੱਥੋਂ ਛੱਡੋ ਜੀ, ਸਤੂਗੜ੍ਹ ਵੀ ਨਹੀਂ ਰਹਿਣਾ ਚਾਹੁੰਦੇ, ਇੱਥੋਂ 3-4 ਕਿਲੋਮੀਟਰ ਜੀ। ਕਰਨ, ਤੁਸੀਂ ਜਾਣਾ ਨਹੀਂ ਚਾਹੁੰਦੇ? ਨਾ ਜੀ। ਕੀ ਕਾਰਨ ਹੈ? ਇੱਥੇ ਮਾਂ ਬਾਪ ਦੀਆਂ ਯਾਦਾਂ ਜੁੜੀਆਂ ਹੋਈਆਂ ਤਾਂ ਕਰਕੇ? ਹਾਂਜੀ, ਬਸ ਇੰਨੀ ਛੋਟੀ ਉਮਰ ਦੇ ਵਿੱਚ ਜ਼ਿੰਮੇਵਾਰੀ ਪੈ ਗਈ ਹੈ, ਇੱਕ ਭੈਣ ਹੈ, ਜਦ ਪਿਤਾ ਜੀ ਬਿਮਾਰ ਸੀਗੇ ਦੱਸਿਆ ਸੀਗਾ ਪਿਤਾ ਜੀ ਉਹਨਾਂ ਨੇ ਵੀ ਆਹ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਪੈ ਜੂਗੀ? ਨਾ, ਇਹ ਉਹਨਾਂ ਨੂੰ ਦੱਸਿਆ ਨਹੀਂ ਸੀ ਕੁਝ ਵੀ। ਕੀ ਹੋਇਆ ਹੋਇਆ ਸੀ ਪਾਪਾ ਨੂੰ? ਬਿਮਾਰ ਸੇ ਰਹਿੰਦੇ ਸੀ। ਹਾਂਜੀ, ਅਤੇ ਜਦ ਦਿਨ ਦੇ ਵਿੱਚ ਜਾਂਦੇ ਹੋ ਕੰਮ ਕਰਨ, ਫਿਰ ਭੈਣ ਨੂੰ ਕੌਣ ਦੇਖਦਾ ਆ? ਇਹ ਪਹਿਲਾਂ ਤਾਂ ਭੈਣ ਹੋਸਟਲ 'ਚ ਰਹਿੰਦੀ ਸੀਗੀ, ਅਤੇ ਹੁਣ ਜਦੋਂ ਲੋਕਡਾਊਨ ਲੱਗਿਆ ਕੰਮ 'ਤੇ ਮੈਂ ਵਗ ਜਾਂਦਾ ਸੀਗਾ, ਇਹ ਘਰ ਹੀ ਹੁੰਦੇ ਸੀਗੇ। ਅਤੇ ਪੜ੍ਹਦੇ ਕਦੋਂ ਫਿਰ ਤੁਸੀਂ? ਬਸ ਹੀ ਜਦੋਂ ਟਾਈਮ ਲੱਗ ਜਾਂਦਾ ਉਦੋਂ ਪੜ੍ਹ ਲੈਂਦੇ ਸੀ। 8 ਤੋਂ 8 ਤੁਸੀਂ ਕੰਮ ਕਰਦੇ ਹੋ, ਅਤੇ ਉਸ ਤੋਂ ਬਾਅਦ ਆ ਕੇ ਥੱਕ ਵੀ ਜਾਂਦੇ ਹੋਵੋਗੇ ਸਵੇਰੇ ਉੱਠ ਕੇ ਫਿਰ ਕੰਮ 'ਤੇ? ਹਾਂਜੀ। ਫੰਡਿੰਗ ਇੰਨੀ ਹੋਈ ਆ ਨਾ ਤੁਹਾਨੂੰ, ਅੱਜ ਹਰ ਵੀਡੀਓ ਜਿਹੜਾ ਵੀ ਬੰਦਾ ਦੇਖਦਾ ਅੱਖਾਂ ਨਮ ਹੁੰਦੀਆਂ ਨੇ ਉਹਨਾਂ ਦੀਆਂ। ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਡੀ ਸਹਾਇਤਾ ਕੀਤੀ ਹੈ? ਮੈਂ ਦੇਖਿਆ ਅੱਜ ਵੀ ਹੁਣ ਵੀ ਕਾਫੀ ਲੋਕ ਆਏ ਹੋਏ ਸੀਗੇ ਬਾਹਰ, ਅਤੇ ਬਹੁਤ ਫੋਨ ਵੀ ਆ ਰਹੇ ਨੇ, ਉਹ ਵੀਰ ਜੀ ਹੁਣਾਂ ਨੇ ਗੱਲ ਕਰਵਾਈ ਸੀਗੀ, ਕਿਵੇਂ ਲੱਗਦਾ? ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਦੇਖ ਰਹੇ ਨੇ? ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਇਹੀ ਕਹਿੰਦੇ ਸੀ। ਪੂਜਾ, ਤੁਸੀਂ ਕੀ ਕਹਿਣਾ ਚਾਹੋਗੇ? ਜੀ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਜਦੋਂ ਸਾਡਾ ਘਰ ਪੈ ਗਿਆ ਜੀ ਉਦੋਂ ਜੀ ਅਸੀਂ ਮੂਰਤ ਕਰਾਂਗੇ, ਉਹ ਜ਼ਰੂਰ ਇੱਥੇ ਪਹੁੰਚਣ ਜੀ। ਅੱਛਾ, ਉਹਨਾਂ ਨੇ ਗੱਲ ਕੀਤੀ ਸੀ ਤੁਹਾਡੇ ਨਾਲ ਤਹਿਸੀਲ ਦੇ ਵਿੱਚ, ਉਹ ਕਹਿ ਰਹੇ ਸੀ ਵੀ ਤੁਹਾਨੂੰ ਲੈ ਕੇ ਜਾਣਾ ਆ, ਤੁਸੀਂ ਤਿਆਰ ਹੋ ਜਾਣ ਦੇ ਲਈ? ਨਹੀਂ ਜੀ, ਕਰਦਾ ਜਾਣ ਨੂੰ। ਪਰ ਇਹ ਜਿਹੜੇ ਸਾਡੇ ਨਾਲ ਐਸੋਸੀਏਸ਼ਨ ਜੁੜੀ ਹੋਈ ਹੈ ਵੀ ਕਿੰਨਾ ਕੁ ਟਾਈਮ ਤੁਸੀਂ ਦੇਖ ਸਕੋਗੇ, ਹੈ ਨਾ? ਵੀ ਜੇ ਦੇਖੀਏ ਲੌਂਗ ਟਾਈਮ ਤਾਂ ਨਹੀਂ ਰੱਖ ਸਕਦੇ, ਕੋਈ ਨਾ ਕੋਈ ਗਾਰਡੀਅਨ ਤਾਂ ਹਾਇਰ ਕਰਨਾ ਪੈਣਾ ਹੈ। ਅਸੀਂ ਵੀ ਇਹੀ ਚਾਹੁੰਦੇ ਜੀ ਵੀ ਇਹਨਾਂ ਦੀ ਜਿਹੜੀ ਦਾਦੀ ਹੈ ਜੀ ਉਹ ਲੁਧਿਆਣੇ ਬੁਰਜ ਪਿੰਡ ਹੈ ਜੀ, ਜੇ ਤੁਹਾਡੇ ਚੈਨਲ ਦੇ ਰਾਹੀਂ ਵੀ ਮਤਲਬ ਉਸ ਪਿੰਡ ਦੇ ਵਾਸੀਆਂ ਨੂੰ ਕਹਿਣਾ ਚਾਹੁੰਦਾ ਜੇ ਬਾਈ ਚਾਂਸ ਕੋਈ ਬੰਦਾ ਮਿਲਦਾ ਬੁਰਜ ਪਿੰਡ 'ਚੋਂ ਤਾਂ ਮੇਰੀ ਗੱਲ ਕਰਾ ਸਕਦਾ, ਮੇਰਾ ਨੰਬਰ 98760-00110, ਇਸ ਨੰਬਰ 'ਤੇ ਇੱਕ ਵਾਰੀ ਕਾਲ ਕਰ ਲਓ। ਗੱਲ ਕਰੀਏ ਦਾਦੀ ਪੋਤਿਆਂ ਦਾ ਰਿਸ਼ਤਾ, ਪੋਤੀ ਪੋਤੀਆਂ ਦਾ ਕਾਫੀ ਹੁੰਦਾ ਆ, ਵੀ ਉਹਨਾਂ ਨੂੰ ਤੁਸੀਂ ਨੰਬਰ ਦੱਸਣਾ ਪੈ ਰਿਹਾ, ਉਹਨਾਂ ਨੂੰ ਕੀ ਐਡਰੈਸ ਪਤਾ ਨਹੀਂ ਹੈਗਾ ਉਹਨਾਂ ਨੂੰ ਵੀ ਸਾਡੇ ਪੋਤਾ ਪੋਤੀ ਇੱਥੇ ਰਹਿ ਰਹੇ ਨੇ? ਇਹਦਾ ਮਤਲਬ ਤਾਂ ਇਹੀ ਹੈ ਜੀ ਵੀ ਉਹਨਾਂ ਕੋਲ ਗੱਲ ਪਹੁੰਚੀ ਨਹੀਂ, ਜਾਂ ਉਸਦੇ ਕਿਸੇ ਪਿੰਡ ਦੇ ਸਰਪੰਚ ਨੂੰ। ਪਰ ਪੁੱਤ ਦੀ ਜਦ ਪਿੱਛੇ ਜਾਨ ਗਈ ਹੈ, ਨੂੰਹ ਦੀ ਜਾਨ ਗਈ ਹੈ, ਪਤਾ ਤਾਂ ਲੱਗਿਆ ਹੋਣਾ? ਪਤਾ ਇੱਕ ਵਾਰੀ ਆ ਕੇ ਗਏ ਸੀ ਜੀ, ਇਹ ਬੱਚਿਆਂ ਨੇ ਖੁਦ ਕਿਹਾ ਹੈ ਨਾ, ਆ ਕੇ ਗਏ ਸੀ ਦੁਬਾਰਾ ਚਲੇ ਗਏ, ਹੁਣ ਇਹ ਨਹੀਂ ਪਤਾ ਵੀ ਕੀ ਉਹ ਮਤਲਬ। ਵੈਸੇ ਦੇਖਿਆ ਜਾਵੇ ਵੀ ਘਰ ਹੈ ਨਾ ਇਹਨਾਂ ਦਾ, ਇਹ ਕਿੰਨੇ ਕੁ ਇਹ ਮਕਾਨ ਵੀ ਇਹਨਾਂ ਦੇ ਆਉਂਦਾ? 15x40 ਆਹੀ ਏਰੀਆ ਜਿੱਥੇ ਆਪਾਂ ਖੜੇ ਹਾਂ ਜੀ, ਬਸ ਆਹੀ ਹੈ। ਠੀਕ ਹੈ, 15x42 ਦਾ ਪਲਾਟ ਹੈ। ਤੇ ਇਹ ਜਿਹੜੀ ਕਿਸ ਦੇ ਨਾਮ ਬੋਲਦੀ ਹੈ ਇਹਨਾਂ ਦੇ ਫਾਦਰ ਸਾਹਿਬ? ਫਾਦਰ ਨਾਮ ਬੋਲਦੀ ਹੈ ਕੁਲਵਿੰਦਰ ਸਿੰਘ। ਜੀ, ਪ੍ਰੋਪਰ ਫੰਡਿੰਗ ਦਾ ਜਿਹੜਾ ਤੁਸੀਂ ਧਿਆਨ ਕਿੱਦਾਂ ਰੱਖ ਰਹੇ ਹੋ, ਕਿਹਦੇ ਅਕਾਊਂਟ ਦੇ ਵਿੱਚ ਆ ਰਹੇ? ਫੰਡਿੰਗ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਜਿੰਨਾ ਵੀ ਭਰਾਵਾਂ ਨੇ
तो दूसरी जिहड़ी रही फंडिंग की गल, सब तो पहली साड़ी कोशिश है कि बच्चों का मकान है जिहड़ा वो अपने घर जिहड़ी फैसिलिटीज पूरी होंदी है वो इन्हां बच्चों नूं जरूर मिलेगी। उस तो बाद बच्चों का असीं जिहड़ा प्राइवेट स्कूल दे विच इन्हां नूं एडमिट करवाउण जा रहे हैं दो चार दिनों दे विच, जो भी इन्हां दा खर्चा होगा वो असीं जिवें साडे नाल एन आर आई वीर फोन कर रहे हैं असीं सीधा उन्हां नूं अकाउंट नंबर स्कूल का देना, उत्थे बच्चों दो सानूं इन्हां वास्ते दो परसन ने कहता भी असीं बच्चों की प्रोपर जिन्ना चिर पढ़ना चाहणगे असीं फीस देवांगे। इस तरह ही असी जो भी साढ़े अकाउंट के डिटेल है जिनी तरीक नूं इहदी वीडियो पाई गई है जिस दिन इन्हां दा मकान बच्चों का बनूगा लास्ट दिन असी फेसबुक उपर लाइव होकर चैनल उपर लाइव होकर बच्चों के अकाउंट की डिटेल भी असी शो करांगे और अपने ट्रस्ट की भी अकाउंट है जिहड़ी वो बिल्कुल साफ शीशे वांगू तुहाडे सामने हो जी। ते जो भी चक्कण दा मौका नहीं दूंगा जी जी, जो लोगों का चलो कम है जी है ना, कोई चंगे भी होंगे ने माड़े भी होंगे, मैं कहनी अक्सर लोग ज़्यादा टंगा खिंचते हैं जी। साडा मेन मकसद है भी साढ़े मकान बनाने तो बाद बच्चों की केयरटेकर का उस वो भी प्रबंध करना, दुध का प्रबंध करना, बच्चों के राशन का प्रबंध, सारिया चीज़ों का प्रबंध करने तो बाद जो भी अमाउंट लास्ट दिन बचूगी तो असं दोनों बच्चों के नाँ पर एफ डी करवा के वो भी असं तुहाडे सामने पेश करांगे भी आ बच्चों के नाँ पर एफ डी करवाती है। पूजा तुम कि रूम से जब तुम हूँ तो चलो ढा दिता है कितने के रूम से कितने सगा इस जगह ते सी जाए तुसी दोनों सोंदे सी रात नूं कदे डर नहीं लगदा सीगा नहीं जी ते कदे ऐदां होया सी जिद्दां दस्सिया वी कदे कदे भुखे सोणा पैंदा सी कदे किसे गुआंढी ने आके इह नहीं पुछी सी वी रोटी खाधी है कि नहीं जी पुछदे सी जी उहनां नूं पता लगदा ते ओह दे दिंदे सी जी बट असीं कदे उहनां नूं दस्सिया नहीं कि असीं तुसी कल्ले रहिंदे सी कदे तुसी गुआंढियां नूं या तुसी नहीं किहा इहनां नूं वी साडी हैल्प करो वी असीं कल्ले रहिंदे आ सानूं खतरा वी हो सकदा आ जी क्या होया जी वह कहें एक आंटी इतों हैगी जी उन्होंने इन्हों डिटेल दी सी जी कि इतों रह रहे दो जवाक जी बच्चे जी एक वीडियो के ये भी कह रहे थे भी 20,000 कुछ लिता गया इसी साढ़े को भी असी घर बना दें इन्होंने मामा जी से छत डिगी हुई सी थले सपोर्ट लगी हुई सी छत बदलने वास्ते पैसे ले गए थे जी तो उस तो बाद जो असं सू पता लगे असी आए इन्होंने पूछा पहला बच्चे घबराए हुए थे मैं ही कोई गल नहीं घबराओ ना जी सू तकलीफ है सू दसो उ बस जी पहला वीडियो की सू आ चाहिए सू आ चाहिए चलो मैं कोई गल नहीं बैठे तो मूली गल है बाकी असं थोड़ा मकान बना के देवे बदल के देवे अच्छा जे तेरे मामे की गल है कोई चक्कर वाली गल नहीं बेटा मैं उन्होंने थोड़े किसी मम्मी के या पापा के खर्चे हो गए आप पुछ लें कोई गल नहीं चलो मैं मैं उन्होंने गल की कहते कोई गल नहीं छत बदलने वास्ते भी लेते थे समान असी लिया पे आप बारिश करके मतलब कि भी असी बदल नहीं सके चलो मैं तुम समान वापस कर दो असी आप हम लैटर पा के देवे वधिया बना के देवे तुम सू पैसे वापस कर दो उन्होंने सू मतलब कि पैसे 10,000 रुपये वापस करता जी कुछ रह गए वो दो दे देंगे सू हम वे होके बनना चाहते हो जी टीचर या पुलिस बनना चाहते हो जी बहुत मेहनत भी करनी पैनी है पढ़ना भी पैना पढ़ोगे हाँ जी जरूर करन तुम की बनना चाहते हो जिला प्रशासन की तरफों जिला बाल सुरक्षा दफ्तर चो बच्चों को आए हैं बच्चों जिम्मे की आप सारे पता है कि इन बच्चों के पिता की मौत लगभग 2 साल पहला हो गई सी हूने 6 महीने पहला इन्होंने बच्चों की भी माता की डैथ हो गई हूँ बच्चों की कोई भी सामभ संभाल करने वाला नहीं आ गया अज असी एक दिन पहला भी आए सी कल साढ़े दफ्तर की तरफों काउंसलर आए सी रजिंदर कुमार वो बच्चों की काउंसलिंग करके गए सी हूँ यह बच्चे एक तरीके नाल अनाथ हो रहे इन्हां दी कोई भी वारस नहीं है गया कोई भी सामभ संभाल करने वाला नहीं है गया असी अज बच्चों नाल गल की है जिमें कि कल साढ़े दफ्तर तो काउंसलर भी आए सी उन्होंने भी गल की सी असी बच्चों नूं समझाउण दी कोशिश कर रहे हैं कि जो साढ़े सरकार दे जुवेनाइल जस्टिस एक्ट तहत आसरा घर बने हुए चिल्ड्रन होम बने हुए असी इन्हां बच्चों नूं उत्थे भेजना चाहते हैं उत्थे यह बच्चे 18 साल की उम्र तक रहेंगे जिथे इन्हां बच्चों की पढ़ाई लिखाई रहना खाना पीना सब सरकार की तरफों होगा असी बच्चों नूं समझाउण की कोशिश की है अज बच्चों नूं समझाया है तो दोनों बच्चों ने सानू यह आश्वासन दिता है कि मैनू 2 दिन एक बार इत्थे जो कि साडे पड़ोसियों ने को रहन दिता जाए इन्हां दे पड़ोसियों ने भी बयान दिता है कि इन्हां दी जिम्मेवारी साडी होवेगी 2 दिन बाद वो कहिंदे असी होम च चले जावांगे असी 2 दिन बाद इन्हां बच्चों को दोबारा आके इन्हां बच्चों नूं जो कि साडी जुवेनाइल जस्टिस एक्ट तहत सरकार वल्लों बाल भलाई कमेटियां बनिया हुई हैं उन्हां बाल भलाई कमेटियां दे हुक्मां तहत ही इस बच्चे नूं किसे आसरा घर भेजांगे अज साडे नाल बाल भलाई कमेटी दे मैंबर
बलदेव राज कक्कड़ जी है जो कि रिटायर्ड फार्मासिस्ट है, उन्होंने नाल मैडम अनीता सिंगला है जो कि BMS है, ये बाल भलाई कमेटी के मैंबर साढ़े नाल इतने उन्होंने घर पहुँचे है, उन्होंने भी गलबात की है, उन्होंने सामने बच्चों ने यही बयान दिए है कि सानू दो दिन रुक के आसरा घर भेजा जाए, असी दो दिन बाद इन बच्चों किसी आसरा घर भेज देंगे। सर जे बच्चे सहमत हो जाते हैं आसरा घर मानसा जिले के नेड़े कितने कितने भेजा जाए? इन्हों असी अपने राजपुरे है जिथे मुंडे कुड़ियों दोनों रखा जाता है, वैसे अपने नेड़े बठिंडे भी आसरा घर पर वो कल मुंडिया है, यह दोनों भैन भरा है, दोनों भैन भरा असी अलग अलग नहीं रखना चाहते, इस करके कुड़िया मुंडिया का जोड़ा इकट्ठिया का आसरा घर है वो अपने राजपुरे है SOS चिल्ड्रन विलेज राजपुरे, असी कोशिश कर रहे हैं कि जे इन बच्चों असी राजपुरे शिफ्ट कर दिते। ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ ਪਟਿਆਲਾ ਤੋਂ ਆਏ ਨੇ, ਸਤਿ ਸ਼੍ਰੀ ਅਕਾਲ ਵੀਰ ਜੀ। ਅੱਖਾਂ ਨਮ ਨੇ ਕਿਉਂ? ਬਸ ਦੇਖਾਂਗੇ ਰਿਆਣਗੇ ਮਿਲਣਾ ਦੇ ਮਿਲਣਾ ਦੇ। ਕਦੋਂ ਦੇਖੀ ਸੀ ਤੁਸੀਂ ਇਹਨਾਂ ਦੀ ਵੀਡੀਓ? 31 ਤਰੀਕ ਨੂੰ। 31 ਤਰੀਕ ਨੂੰ ਮੈਂ ਸੀਗਾ ਨੈਣੀਤਾਲ, ਐਕਚੁਅਲੀ ਮੇਰਾ ਕੰਮ ਹੀ ਉੱਧਰ ਹੀ ਉੱਤਰਾਖੰਡ 'ਚ, ਅਤੇ ਚਲੋ ਰਿਆਣਗੇ ਮੈਂ ਗਰੁੱਪ ਨਾਲ ਗੱਲ ਕੀਤੀ, ਕਹਿੰਦੇ ਚਲੋ ਆਪਾਂ ਚੱਲਦੇ ਹਾਂ, ਹੁਣ ਕੰਮ ਹੈ ਜਾਂ ਸਾਰਿਆਂ ਨੂੰ ਅਲੱਗ ਅਲੱਗ ਜਾਂ ਹਰੇਕ ਕੋਲ ਟਾਈਮ ਨਹੀਂ ਹੈ ਅੱਜ ਕੱਲ੍ਹ, ਅਸੀਂ ਵੀ ਕੱਲ੍ਹ ਆਉਣਾ ਸੀਗਾ ਮੈਂ, ਇਹ ਦੋ ਨੂੰ ਵਾਪਸ ਆਇਆ ਮੈਂ, ਕੱਲ੍ਹ ਮੀਂਹ ਪੈ ਗਿਆ, ਚਲੋ ਅੱਜ ਮੈਂ ਆਉਣਾ ਸੀਗਾ, ਮੇਰਾ ਭਰਾ ਹੈ ਨਾਲ ਸਨਾਮ ਤੋਂ ਮੇਰੀ ਮਾਸੀ ਦਾ ਮੁੰਡਾ, ਚਲੋ ਮੈਂ ਇਹਨਾਂ ਨੂੰ ਦੇਖਣਾ ਬੱਚਿਆਂ ਨੂੰ, ਸਪੈਸ਼ਲੀ ਭਾਈ ਸਾਹਿਬ ਦੀ ਦੁਕਾਨ 'ਤੇ ਮਿਲੇ ਸੀ, ਇਹਨਾਂ ਦੀ ਤਾਂ ਇਹਨਾਂ ਦੀ ਦੁਕਾਨ ਤੋਂ ਐਡਰੈਸ ਪੁੱਛਿਆ ਆ ਕੇ, ਮੈਂ ਕਹੀ ਇਵੇਂ ਕਰਕੇ ਵੀਡੀਓ ਮੈਂ ਸੇਵ ਕਰ ਲਈ ਸੀ ਦਿਖਾਈ, ਕਹਿੰਦੇ ਆਪਣੇ ਹੀ ਆ ਜੀ ਜਿਹੜੇ ਅੰਜਲ ਦੇ ਆ, ਮੈਂ ਕਿਹਾ ਚਲੋ ਮਿਲਣਾ ਆ ਕੇ ਮਿਲਣੇ ਇਹਨੂੰ, ਮੈਂ ਇਹਨਾਂ ਦਾ ਖਾਤਾ ਲੈ ਕੇ ਜਾਊਂਗਾ ਜੀ, ਜੋ ਮੇਰੇ ਤੋਂ ਹੋਊਗਾ ਮੈਂ ਤਾਂ ਖਾਤੇ 'ਚ ਸਿੱਧਾ ਹਾਂਜੀ ਟ੍ਰਾਂਸਫਰ ਕਰ ਦੂੰਗਾ, ਜੋ ਵੀ ਹੋਊਗਾ ਮੇਰੇ ਤੋਂ ਸੇਵਾ। ਕੋਈ ਇਹੋ ਜਿਹੀ ਅੱਖ ਨਹੀਂ ਜਿਹੜੀ ਇਹਨਾਂ ਦੀ ਵੀਡੀਓ ਦੇਖ ਕੇ ਨਾ ਰੋਈ ਹੋਵੇ? ਬਥੇਰੀ ਮੇਰੇ ਗਰੁੱਪ ਦੇ ਬੰਦੇ ਰੋਣ ਲੱਗੇ ਸਾਰੇ ਬੱਚਿਆਂ ਨੂੰ ਦੇਖ ਕੇ, ਦੇਖਣ ਆਉਂਦਾ ਜੀ ਬਹੁਤ, ਚਲੋ ਦਿਲ ਨਰਮ ਹੈ, ਸ਼ਕਲ ਭਾਵੇਂ ਜਾਇਆ ਜੀ ਮਰਜ਼ੀ ਹੈ ਦਿਲ ਬਹੁਤ ਨਰਮ ਹੈ। ਵੀਰ ਜੀ ਆਪਾਂ ਗੱਲਬਾਤ ਕਰ ਰਹੇ ਸੀ ਆਫ ਕੈਮਰਾ 'ਤੇ ਵੀ ਕਾਫੀ ਅਡੋਪਸ਼ਨ ਲਈ ਕਾਲਜ਼ ਆ ਰਹੀਆਂ ਨੇ। ਹਾਂਜੀ ਐਕਚੁਅਲ ਨਾ ਜਿਹੜਾ ਕਾਲਿੰਗ ਦਾ ਉਹ ਸਾਰੀਆਂ ਮੇਰੇ ਕੋਲ ਕਾਲਜ਼ ਹੀ ਆ ਰਹੀਆਂ ਸੀ, ਅਤੇ ਫੋਰਨ ਦੇ ਵਿੱਚੋਂ ਇੰਟਰਨੈਸ਼ਨਲ ਕਾਲਜ਼ ਬਹੁਤ ਆਈਆਂ ਮੈਡਮ, ਅਤੇ ਉਹ ਕਹਿ ਰਹੇ ਸੀ ਵੀ ਅਸੀਂ ਲੈ ਜਾਂਦੇ ਤੁਹਾਨੂੰ ਬੱਚੇ, ਅਤੇ ਅਸੀਂ ਕਿਹਾ ਵੀ ਬੱਚੇ ਤਾਂ ਹੁਣ ਬਾਹਰ ਰਹਿੰਦੇ ਆ, ਸਦੂਗੜ੍ਹ ਤੋਂ ਬਾਹਰ ਰਹਿੰਦੇ ਆ, ਅਸੀਂ ਉਹਨਾਂ ਨੂੰ ਕਿਹਾ ਵੀ ਸਦੂਗੜ੍ਹ ਅਸੀਂ ਲੈ ਚੱਲਦੇ ਹਾਂ, ਉਹ ਸਦੂਗੜ੍ਹ ਵੀ ਨਹੀਂ ਜਾ ਰਹੇ, ਠੀਕ ਹੈ, ਪਰ ਉਹ ਕਹਿੰਦੇ ਜੀ ਦੋਨੋਂ ਬੱਚੇ ਅਸੀਂ ਲੈ ਜਾਂਦੇ ਹਾਂ ਐਵੇਂ ਕਰਕੇ, ਮੈਂ ਕਿਹਾ ਸਰ ਇਹ ਪ੍ਰਸ਼ਾਸਨ ਨਾਲ ਗੱਲ ਕਰਕੇ ਸਭ ਕੁਝ ਕਰਕੇ ਫਿਰ ਇਹ ਸਿਸਟਮ ਚੱਲਣਾ, ਐਵੇਂ ਨਹੀਂ ਚੱਲਣਾ, ਬੱਚੇ ਸਰ ਜੋ ਜਾ ਹੀ ਨਹੀਂ ਰਹੇ, ਜੋ ਸਦੂਗੜ੍ਹ ਦਾ ਜਾ ਨਹੀਂ ਰਹੇ, ਫੋਰਨ ਕਿਵੇਂ ਚਲੇ ਜਾਣਗੇ, ਠੀਕ ਹੈ, ਬਹੁਤ ਸਾਡੇ ਚੰਗੇ ਭਵਿੱਖ ਲਈ ਤੁਹਾਨੂੰ ਕੁਝ ਸੋਚਣਾ ਤਾਂ ਪਊਗਾ, ਸੋਚਣਾ ਤਾਂ ਪਊਗਾ, ਪਰ ਮੈਡਮ ਫੋਰਸਫੁਲੀ ਵੀ ਨਹੀਂ ਇਹਨਾਂ ਨਾਲ ਕਰ ਸਕਦੇ। ਇਹਨਾਂ ਦੀ ਕੌਂਸਲਿੰਗ ਵੀ ਹੋਈ ਸੀਗੀ ਵੀ ਇਹਨਾਂ ਨੂੰ SOS ਜਿਹੜਾ ਆ ਭੇਜ ਦਿੰਦੇ ਆ, ਉੱਥੇ ਹੋਸਟਲ ਦੇ ਵਿੱਚ ਵਧੀਆ ਪੜ੍ਹਾਈ ਹੋਊਗੀ, ਇਹਨਾਂ ਨਾਲ ਤੁਸੀਂ ਗੱਲਬਾਤ ਕੀਤੀ, ਕੋਈ ਮੈਂਟਲੀ ਪ੍ਰੈਸ਼ਰ ਤਾਂ ਨਹੀਂ ਪਾਇਆ? ਨਹੀਂ ਦੇਖੋ ਮੈਡਮ ਉਹ ਵੀ ਚੰਗੇ ਵਾਸਤੇ ਕਹਿ ਰਹੇ ਹੈ, ਅੱਜ ਕੱਲ੍ਹ ਕਲਚਰ ਤੁਹਾਨੂੰ ਪਤਾ ਕਿੱਦਾਂ ਦਾ, ਠੀਕ ਹੈ, ਬੱਚੇ ਸੇਫ ਨਹੀਂ ਹੈ, ਠੀਕ ਹੈ, ਪਰ ਜੇ ਚਲੇ ਜਾਣ ਮੈਂ ਕਹਿੰਦਾ ਵੀ ਦੀ ਬੈਸਟ ਹੈ। ਸਭ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਹਾਲਾਤ ਸੀ ਕਿਹਨਾਂ ਨੇ ਦੇਖੇ ਸੀ? ਹਾਲਾਤ ਸਭ ਤੋਂ ਪਹਿਲਾਂ ਮੈਂ ਹੀ ਆਇਆ ਸੀ ਇੱਥੇ, ਹਾਂਜੀ, ਪਹਿਲਾਂ ਮੇਰੇ ਫਰੈਂਡ ਨੇ ਵੀਡੀਓ ਬਣਾਈ, ਜਦੋਂ ਲੋਡ ਕੀਤੀ ਸਭ ਤੋਂ ਪਹਿਲਾਂ ਮੈਂ ਆਇਆ, ਮੈਂ ਗੁੜੀਆਂ ਨੂੰ ਰਾਸ਼ਨ ਦਿੱਤਾ ਅਤੇ ਰਾਸ਼ਨ ਦੇ ਕੇ ਜਾਣ ਲੱਗਿਆ ਕਹਿੰਦੀ ਵੀਰੇ ਮੇਰੇ ਕੋਲ ਸਿਲੰਡਰ ਵੀ ਹੈ ਨਹੀਂ, ਅਤੇ ਮੈਂ ਕਿਹਾ ਕਿ ਪਹਿਲੀ ਵੀਡੀਓ ਦੇ ਵਿੱਚ ਬਹੁਤ ਹੀ ਹੌਲੀ ਆਵਾਜ਼ ਦੇ ਵਿੱਚ ਬੋਲ ਰਹੀ ਸੀ ਨੂਣ ਮਿਰਚ ਹੈ ਨਾ ਸਿਲੰਡਰ, ਫਿਰ ਤੁਹਾਡੇ ਮੈਂਬਰ ਕਹਿ ਰਹੇ ਸੀ ਵੀ ਥੋੜ੍ਹਾ ਉੱਚੀ ਬੋਲੋ ਹੈ ਨਾ, ਖੁੱਲ੍ਹ ਕੇ ਬੋਲੋ ਕੀ ਚੀਜ਼ ਦੀ ਲੋੜ, ਅਤੇ ਮੈਨੂੰ ਕਹਿੰਦੀ ਵੀਰੇ ਮੈਨੂੰ ਸਿਲੰਡਰ ਚਾਹੀਦਾ, ਮੈਂ ਅਤੇ ਮੇਰਾ ਫਰੈਂਡ ਆਏ, ਅਤੇ ਫਿਰ ਮੈਂ ਸਿਲੰਡਰ ਉਠਾਇਆ ਅਤੇ ਸਿਲੰਡਰ ਮੈਂ ਨਾਲ ਦੀਆਂ ਦੇਣ ਆਇਆ, ਫਿਰ ਮੈਂ ਸਿਲੰਡਰ ਦੇ ਕੇ ਜਾਣ ਲੱਗਿਆ ਕਹਿੰਦੀ ਵੀਰੇ ਤੁਸੀਂ ਮੈਨੂੰ ਆਟਾ ਦੇ ਗਏ, ਮੇਰੇ ਕੋਲ ਆਟਾ ਪਾਉਣ ਨੂੰ ਡੱਬਾ ਵੀ ਹੈ ਨਹੀਂ, ਡੱਬਾ ਨਹੀਂ ਹੈਗਾ, ਮੈਂ ਕਿਹਾ ਪੁੱਤ ਫਿਰ ਆਟਾ ਪਹਿਲਾਂ, ਕਹਿੰਦੀ ਥੋੜ੍ਹਾ ਜਿਹਾ ਹੁੰਦਾ ਮੈਂ ਛੋਟੀ ਡੱਬੀ ਦੇ ਵਿੱਚ ਪਾ ਲੈਂਦੀ ਸੀ, ਮੈਂ ਆਟੇ ਵਾਸਤੇ ਇਹਨੂੰ ਡੱਬਾ ਦੇ ਕੇ ਗਿਆ, ਛੋਟੇ ਛੋਟੇ ਦੇ ਕੇ ਗਿਆ ਬੋਕਸ, ਹਾਂ ਮੈਂ ਕਿਹਾ ਬੇਟੇ ਇਹਦੇ ਵਿੱਚ ਦਾਲ ਵਗੈਰਾ ਆਪਣੀ ਚੀਨੀ ਵਗੈਰਾ ਸਭ ਕੁਝ ਪਾ ਲਿਆ ਕਰੀ, ਬਹੁਤ ਦੇਖਿਆ ਨਹੀਂ ਜਾ ਰਿਹਾ ਸੀ ਉਹ ਸੀਨ, ਜਦੋਂ ਮੈਨੂੰ ਗੁੜੀਆਂ ਨੇ ਬਹਿ ਕੇ ਨਾ ਵੀਰੇ ਮੇਰੇ ਕੋਲ ਸਿਲੰਡਰ ਵੀ ਹੈਗਾ, ਉਹ ਬਸ ਮੈਡਮ ਮੈਨੂੰ ਪਤਾ ਜਾਂ ਮੇਰੇ ਦਿਲ ਨੂੰ ਪਤਾ, ਕਿਉਂਕਿ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਵੀ ਜਿਹੜੀ ਬਾਲਿਆਂ ਵਾਲੀ ਛੱਤ ਸੀ ਉਹਨੂੰ ਵੀ ਸਪੋਰਟ ਦਿੱਤੀ ਹੋਈ ਸੀ, ਕਿਸੇ ਵੀ ਟਾਈਮ ਉਹ ਗਿਰ ਸਕਦੀ ਸੀਗੀ ਮੈਮ, ਉਹ ਜਦੋਂ ਬਾਲਾ ਉਤਾਰਿਆ ਨਾਲ ਦੀ ਨਾ ਛੱਤ ਨੀਚੇ ਗਿਰ ਗਈ, ਬਸ ਬੱਚਿਆਂ ਨੂੰ ਦੇਖੋ ਡਰ ਨਹੀਂ ਵੀ ਬੱਚੇ ਸੁੱਤੇ ਪਏ ਆ, ਮੀਂਹ ਇੰਨਾ ਆਇਆ ਕਦੋਂ ਮਰਜ਼ੀ ਡਿੱਗ ਸਕਦੀ ਸੀ। ਸੁਪਨਿਆਂ ਦਾ ਘਰ ਹੈ ਜਿਹੜਾ ਤੁਹਾਡਾ ਤਿਆਰ ਹੋ ਰਿਹਾ, ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਵਧੀਆ ਲੱਗ ਰਿਹਾ, ਕਿੰਨੀਆਂ ਕਾਲਜ ਆਉਂਦੀਆਂ ਨੇ, ਕਿੰਨੇ ਤੁਹਾਨੂੰ ਦੂਰੋਂ ਦੂਰੋਂ ਲੋਕ ਮਿਲ ਲਾਉਂਦੇ ਨੇ, ਕਿਵੇਂ ਦਾ ਲੱਗਦਾ ਆ? ਬਹੁਤ ਵਧੀਆ ਲੱਗਦਾ। ਅੱਛਾ ਜੀ ਤੁਹਾਨੂੰ ਕੋਈ ਅਡੋਪਟ ਕਰਨ ਲਈ ਕਈ ਅਡੋਪਟ ਹੋਣਾ ਚਾਹੋਗੇ? ਨਹੀਂ ਹੋਣਾ ਚਾਹੁੰਦੇ। ਸਾਡੇ ਨਾਲ ਪੜੋਸੀ ਮੌਜੂਦ ਨੇ ਜਿਹੜੇ ਸਾਰਿਆਂ ਨਾਲੋਂ ਪਹਿਲਾਂ ਜਿਨ੍ਹਾਂ ਨੇ ਇਹਲਾਤ ਜਾ ਕੇ ਅਰਦਾਸ ਫਾਊਂਡੇਸ਼ਨ ਦੇ ਮੈਂਬਰ ਨੂੰ ਦੱਸਿਆ ਸੀਗਾ। ਸਤਿ ਸ਼੍ਰੀ ਅਕਾਲ। ਨਮਸਕਾਰ ਮੈਡਮ, ਮੇਰਾ ਨਾਮ ਰਾਮ ਲਾਲ, ਮੇਰੇ ਜਿੱਦਾਂ ਇਹਨਾਂ ਦੇ ਘਰ ਆਇਆ ਜੀ, ਇੱਥੇ ਗੁੜੀਆ ਖੜੀ ਆ, ਸਾਹਿਬ ਮਾੜੀ ਮੁੰਡੀਆ, ਇਹ ਮੇਰੇ ਦੁਕਾਨ 'ਤੇ ਚਲੇ ਗਏ ਸੀ,
ਕਹਿੰਦੇ ਵੀਰ ਜੀ ਉੱਥੇ ਦੋ ਬੱਚੇ ਨੇ ਨਾ ਹੱਥ ਨੇ ਨਾ ਮਾਂ ਨਾ ਬਾਪ ਉਹਨਾਂ ਦੀ ਆਪਾਂ ਪੈਨਸਲ ਲਵਾਉਣੀ ਹੈ ਮੈਂ ਜਦੋਂ ਉਹਨਾਂ ਦੀ ਆ ਕੇ ਹਾਲਤ ਦੇਖੀ ਜੀ ਦੋ ਦਿਨ ਤੋਂ ਮੀਂਹ ਪੈਂਦਾ ਰਿਹਾ ਨਹੀਂ ਆ ਜਾ ਜੀ ਤੀਜੇ ਦਿਨ ਫਿਰ ਆਏ ਜੀ ਫਿਰ ਵੀ ਮੀਂਹ 'ਚ ਹੀ ਆਏ ਜੀ ਜਦੋਂ ਉਹਨਾਂ ਦੀ ਆ ਕੇ ਹਾਲਤ ਦੇਖੀ ਜੀ ਜਿਵੇਂ ਫਿਰ ਦਿਲ ਨੂੰ ਪਤਾ ਗਿਆ ਪਰਮਾਤਮਾ ਉਹ ਕਦੋਂ ਵੀ ਮਕਾਨ ਉਹਨਾਂ ਦੇ ਬੱਚਿਆਂ 'ਤੇ ਡਿੱਗ ਸਕਦਾ ਸੀ ਤੁਸੀਂ ਪਹਿਲਾਂ ਕਦੇ ਗੁਆਂਢੀ ਹੋਣ ਦੇ ਨਾਤੇ ਤੁਸੀਂ ਕਦੇ ਦੱਸਿਆ ਨਹੀਂ ਵੀ ਤੁਹਾਨੂੰ ਤਾਂ ਪਤਾ ਸੀ ਵੀ ਬੱਚੇ ਨੇ ਜਿਹੜੇ ਛੋਟੇ ਨੇ ਅਨਾਥ ਨੇ ਰਹਿ ਰਹੇ ਨੇ ਇਹ ਜੀ ਮੈਨੂੰ ਤਾਂ ਮੈਂ ਤਾਂ ਪਹਿਲੀ ਵਾਰੀ ਇੱਧਰ ਉੱਧਰ ਨੂੰ ਚੱਕਰ ਕੀਤਾ ਅਤੇ ਉੱਧਰ ਮੈਨੂੰ ਪਤਾ ਲੱਗਿਆ ਫਿਰ ਮੈਂ ਕਦੇ ਗੁਆਂਢੀਆਂ ਨੂੰ ਨਹੀਂ ਪਤਾ ਸੀ ਵੀ ਬੱਚੇ ਇਕੱਲੇ ਰਹਿ ਰਹੇ ਨੇ ਵੀ ਮਾਂ ਬਾਪ ਹੈ ਨੀਗੇ ਜੀ ਆਪਾਂ ਤਾਂ ਇਸ ਗੱਲ ਦੇ ਵਾਕਫ ਨਹੀਂ ਸੀ ਆਪਾਂ ਜਦੋਂ ਆਏ ਮੈਂ ਇਹਨਾਂ ਨੂੰ ਆਖਿਆ ਕਾਕੇ ਨੂੰ ਵੀ ਤੁਸੀਂ ਤੁਹਾਡਾ ਆਧਾਰ ਕਾਰਡ ਦਿਓ ਬੱਚੇ ਤੁਹਾਡੀ ਪਿਲਸ਼ਨ ਲਵਾ ਦਿੰਦੇ ਇੰਨੀ ਗੱਲ ਮੈਂ ਵੀਰ ਜੀ ਕੋਲ ਪਹੁੰਚਾਈ ਹੈ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੈਮ ਇਹ ਇੱਕ ਕੇਸ ਨਹੀਂ ਹੈਗਾ ਬਹੁਤ ਕੇਸ ਹੈ ਜੇ ਆਪਾਂ ਕਹੀਏ ਵੀ ਇਕੱਲਾ ਕੇਸ ਹੈ ਸੰਧੂਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਕੇਸ ਹੈ ਬਹੁਤ ਕੇਸ ਮਿਲਣਗੇ ਤੁਸੀਂ ਲੱਭਣ ਜਾਓ ਬਹੁਤ ਕੁਛ ਮਿਲਦਾ ਦੁਨੀਆ ਬਹੁਤ ਵੱਡੀ ਹੈ ਸਰਕਾਰ ਨੂੰ ਇਹ ਚੀਜ਼ ਦਾ ਬਣਾਉਣਾ ਚਾਹੀਦਾ ਵੀ ਸਰਵੇ ਕਰੇ ਸ਼ਹਿਰ ਕੀ ਡਿਸਟ੍ਰਿਕਟ ਦਾ ਉਹ ਇਹਨਾਂ ਨੂੰ ਬਣਾਉਣਾ ਚਾਹੀਦਾ ਵੀ ਤਾਂ ਕਿ ਜਿਹੜੇ ਐਜ ਏ ਕੇਸ ਦੇ ਅੱਗੇ ਆਉਣ ਸਕਣ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਸ ਚੀਜ਼ ਦੀ ਪ੍ਰੋਬਲਮ ਤੋਂ ਜੂਝ ਰਹੇ ਹੋਣਗੇ ਅਸੀਂ ਪੰਜਾਬ ਸਰਕਾਰ ਤੋਂ ਇਹੀ ਬੇਨਤੀ ਕਰਦੇ ਉਹਨਾਂ ਨੂੰ ਬੱਚਿਆਂ ਵਾਸਤੇ ਇਹੀ ਮੰਗਦੇ ਹਾਂ ਕਿ ਬੱਚਿਆਂ ਨੇ ਦੇਖੋ ਹਜੇ ਨਾਬਾਲਗ ਨੇ ਇਹ 12-13 ਸਾਲ ਦੀ ਉਮਰ ਹੈ ਕਿ ਬੱਚਿਆਂ ਦੇ ਅਕਾਊਂਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ FD ਸਰਕਾਰ ਆ ਮਤਲਬ ਕਿ 2-4-5 ਲੱਖ ਰੁਪਏ ਦੀ ਬੱਚਿਆਂ ਦੇ ਨਾਂ 'ਤੇ ਦੋਨਾਂ ਬੱਚਿਆਂ ਦੇ ਨਾਂ 'ਤੇ ਸਾਂਝੀ FD ਕਰਵਾ ਦੇਣ ਤਾਂ ਕਿ ਇਨ ਫਿਊਚਰ ਬੱਚੇ ਜਦੋਂ ਜਵਾਨ ਹੋ ਜਾਣ ਬਾਲਗ ਹੋ ਜਾਣ ਤਾਂ ਉਹਨੂੰ ਯੂਜ਼ ਕਰ ਸਕਣ ਅਤੇ ਸਾਡੀ ਇਹ ਮੰਗ ਹੈ ਜੀ ਪੰਜਾਬ ਸਰਕਾਰ ਤੋਂ ਹਲੇ ਪੂਜਾ ਬੋਲਦੀ ਹੈ ਇਹਦੀ ਚੁੱਪ ਦੇ ਵਿੱਚ ਕਾਫੀ ਚੀਜ਼ਾਂ ਛੁਪੀਆਂ ਹੋਈਆਂ ਨੇ ਨਹੀਂ ਬੋਲਦਾ ਇੰਨਾ ਅੱਗੇ ਜਿਹੜੇ ਬੰਦੇ ਨੇ 20-25 ਰੁਪਏ ਦਿਹਾੜੀ ਕੀਤੀ ਹੋਵੇ ਨਾ ਕਿਸੇ ਅੱਗੇ ਅੱਖ ਝੁਕਾ ਕੇ ਬੋਲਣਾ ਬਹੁਤ ਔਖਾ ਹੈ ਮੈਡਮ ਇੰਨੀ ਉਮਰ ਦੇ ਵਿੱਚ ਖੇਡਣ ਦੀ ਉਮਰ ਤੁਸੀਂ ਦੱਸ ਰਹੇ ਸੀਗੇ ਵੀ ਇਹਨਾਂ ਦੀ ਹੈਲਥ ਇਸ਼ੂ ਆ ਗਿਆ ਸੀ ਧੜਕਣ ਵੱਧ ਗਈ ਸੀ ਵੀ ਟੈਬਲੇਟ ਲਿਆ ਕੇ ਤੁਸੀਂ ਦਿੱਤੀ ਲੇਕਿਨ ਮੈਨੂੰ 4-5 ਦਿਨ ਹੋ ਗਏ ਜਿੱਦਣ ਦਾ ਇਹ ਚੱਲਿਆ ਵੈਸੇ ਸਿਸਟਮ ਉਸ ਤੋਂ ਬਾਅਦ ਕੋਈ ਨਾ ਕੋਈ ਸਾਰੇ ਨਿਊਜ਼ ਚੈਨਲ ਆਏ ਅਤੇ ਜਦੋਂ ਇਹਨਾਂ ਦੇ ਖਾਣੇ ਦਾ ਟਾਈਮ ਹੁੰਦਾ ਕੋਈ ਨਾ ਕੋਈ ਆ ਜਾਂਦਾ ਕੋਈ ਡੋਨੇਟ ਕਰਨ ਆ ਜਾਂਦਾ ਬਹੁਤ ਦੂਰੋਂ ਉਹ ਵੀ ਆਉਂਦੇ ਹੈ ਲੇਕਿਨ ਇਹਨਾਂ ਦਾ ਸਿਸਟਮ ਖਾਣ ਪੀਣ ਦਾ ਸੌਣ ਦਾ ਸਾਡੇ ਤੋਂ ਬਹੁਤ ਲੋਕ ਕਹਿੰਦੇ ਵੀ ਇਹਦਾ ਪਰਸਨ ਨੰਬਰ ਦਿਓ ਅਸੀਂ ਪਰਸਨ ਨੰਬਰ ਨਹੀਂ ਦੇ ਰਹੇ ਇਸ ਕਰਕੇ ਨਹੀਂ ਦੇ ਰਹੇ ਇਹਨਾਂ ਦੀ ਹੈਲਥ ਵੀ ਜ਼ਰੂਰੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਦੇਖ ਰਹੇ ਸਰੋਤਿਆਂ ਨੂੰ ਕਿਵੇਂ ਜੀ ਕੀ ਕਹਿਣਾ ਚਾਹੋਗੇ ਧੰਨਵਾਦ ਕਰਦੇ ਹੋ ਜਿਹੜੇ ਦੂਰੋਂ ਆਉਂਦੇ ਨੇ ਜਿਹੜੇ ਦੂਰੋਂ ਦੂਰੋਂ ਆਈ ਜਾਂਦੇ ਉਹਨਾਂ ਨੂੰ ਸਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਦਿਲੋਂ ਧੰਨਵਾਦ ਕਰਦੇ ਤੇ ਵੱਡਾ ਹੋ ਕੇ ਜ਼ਰੂਰ ਕੁਛ ਚੰਗਾ ਬਣਨਾ ਆ ਵੱਡਾ ਹੋ ਕੇ ਤਾਂ ਸੋਚਣਾ ਆ ਹਾਂਜੀ ਕੋਈ ਨਹੀਂ ਸੋਚਾਂਗੇ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਮੈਂ ਹੇਮਨਪ੍ਰੀਤ ਕੌਰ ਖੰਨਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ